ਅਸਲਾਮੁ ਅਲੈਕੁਮ ਰਹਿਮਤੁਲਾਹਿ ਬਰਕਾਤੁਹੁ। ਕੀ ਹਾਲ ਚਾਲ ਹੈ ਸਾਡੇ? ਉਮੀਦ ਹੈ ਕਿ ਤੁਸੀਂ ਖੈਰ ਕਰੀਏ ਤਾਂ ਹੋਵੇ ਤਾਂ ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ ਅਤੇ ਆਬਾਦ ਰੱਖੇ। ਅਸੀਂ ਵੀ ਠੀਕ ਠਾਕ ਹਾਂ। ਸਾਡੇ ਅੱਜ ਮੌਸਮ ਮਾਸ਼ਾਅੱਲਾ ਬਹੁਤ ਪਿਆਰਾ ਹੋਇਆ ਸੀਗਾ। ਧੁੱਪ ਨਿਕਲੀ ਸੀ, ਮੌਸਮ ਠੀਕ ਸੀਗਾ। ਅਸੀਂ ਅੱਜ ਕੱਪੜੇ ਵੀ ਧੋਤੇ, ਕਿ ਇੰਨੇ ਦਿਨਾਂ ਦੇ ਧੋ ਨਹੀਂ ਸੀ ਹੁੰਦੇ ਕੱਪੜੇ ਧੋਤੇ। ਅਸਦ ਅਲੀ ਨਹਾਈ ਕਰਕੇ ਇੱਥੇ ਬੈਠਾ ਖੇਡਦਾ ਪਿਆ। ਅਸਦ ਅਲੀ ਖੇਡਦਾ? ਅੱਛਾ ਜੀ, ਰੋਟੀ ਨਹੀਂ ਰੋਟੀ ਖਾਣੀ ਸੀ? ਉਹ ਸਾਲ ਕਹਿੰਦੇ ਪਏ ਨਾ, ਫਿਰ ਦਿੰਦੇ ਰੋਟੀ ਖਾ ਕੇ। ਅੱਛਾ ਮੈਂ ਬਣਾਈ ਸੀਗੀ ਇਹਦਾ, ਹੈ ਨਾ, ਹਲਕਾ ਜਿਹਾ ਪਹਿਲਾਂ ਕੱਟ ਕੇ ਇਹਨੂੰ ਧੋ ਕੇ, ਦੋ ਤਿੰਨ ਦਿਨ ਦਫ਼ਾ, ਤਿੰਨ ਦਫ਼ਾ ਮੰਨਦੇ ਮੈਂ ਕੱਢ ਲਿਆ ਕੱਢ ਕੇ, ਫਿਰ ਇਹਨੂੰ ਹੁਣ ਮੈਂ ਰੱਖਿਆ ਵਾ ਉਬਾਲ ਕੇ, ਇੱਕ ਪਾਣੀ ਹਲਕਾ ਜਿਹਾ ਉਬਾਲ ਕੇ ਨਾ ਇਹਦਾ ਕੱਢ ਦਿੱਤਾ ਪਹਿਲਾਂ, ਜ਼ਿਆਦਾ ਨਹੀਂ ਕਰ ਕੇ ਸਾਰਾ ਕਾਰ ਕੇ ਉਹਦਾ ਪਾਣੀ ਦਾ ਸਰ ਉਬਾਲ ਕਰਾ ਨਿਕਲ ਜਾਂਦਾ, ਹਲਕਾ ਜਿਹਾ ਉਬਾਲਿਆ ਉਹਦਾ ਪਾਣੀ ਕੱਢ ਕੇ, ਅਤੇ ਮੁੜ ਕੇ ਮੈਂ ਹੁਣ ਦੁਬਾਰਾ ਇਹਨੂੰ ਉਬਾਲ ਕੇ ਮੈਨੂੰ ਹੁਣ ਗ੍ਰੈਂਡ ਕੀਤਾ ਵਾ ਇਹਨੂੰ ਕਰਾਂ ਕਿੱਦਾਂ ਕਰੀ ਦੀ ਜਾਣ ਦੇ ਵਿੱਚ, ਕਿਉਂਕਿ ਇੱਕ ਕੁਛੀ ਸਿਰ ਕੁੱਤੀ ਦਾ ਮੈਂ ਕੀ ਕਰਨਾ ਸੀ ਜਾਣ, ਇਸ ਲਈ ਮੈਂ ਸਾਗ ਵੱਲ ਲਿਆਏ ਸੀ ਮੁੰਡੇ ਨਾਲ, ਇਹਨਾਂ ਮੈਂ ਹੁਣ ਗ੍ਰੈਂਡ ਕਰ ਲਈ ਵੀ ਘੋਟ ਕੇ, ਅਤੇ ਹੁਣ ਇੱਧਰ ਮੈਂ ਰੱਖਿਆ ਪਿਆ ਬਾਬਾ ਪਿਆਜ਼ ਦਾ ਮਸਾਲਾ, ਪਾਲਕ ਤਾਂ ਹੋ ਗਈ ਹੈ, ਅਤੇ ਹੁਣ ਪਿਆਜ਼ ਨੂੰ ਗਰਮ ਕਰਕੇ ਇਹਦੇ ਵਿੱਚ ਪੈ ਕੇ ਕੱਦਾ ਖੁਲਵਾਉਂਦੇ ਸੀ ਪਾਈਆ, ਅਤੇ ਇੱਕ ਗੁੱਛੀ ਹੈਗੀ ਸੀਗੀ ਪਾਲਕ ਦੀ ਕੱਦਾ ਖੁਲਵਾਉਂਦੇ। ਗੈਟ ਬੰਦ ਹੋ ਗਏ, ਕੱਲ੍ਹ ਵਾਲਾ ਟਾਈਮ ਹੋ ਗਿਆ ਬਸ ਚਲੇ ਬੱਚੇ ਕੱਲ੍ਹ ਸਾਡੇ ਗਈ ਦੁਪਹਿਰੇ ਗਈ ਹੈ 3 ਵਜੇ, ਉਹਦੀ 6 ਵਜੇ ਆਈ ਹੈ, 3 ਘੰਟੇ ਫਿਰ 6:30 ਗਈ ਹੈ, 8:30 ਆਈ, 2.5 ਘੰਟੇ ਆਇਆ, ਸਾਰਾ ਦਿਨ ਰਾਤ ਵੀ ਬਹੁਤ ਅੱਜ ਕੰਮ ਕਰਨਾ ਤਾਂ ਹਨੇਰਾ ਹੋਏਗਾ, ਕੱਪੜੇ ਧੋਣੇ ਦੇ ਬਹੁਤ ਕੱਪੜੇ ਹੋਏ, ਕੱਪੜੇ ਬਾਰਿਸ਼ ਹੋ ਚੰਗੀ ਹੁੰਦੀ ਸੀ, ਤਾਂ ਮੈਂ ਕਿਤੇ ਗਿਆ ਹੋਰ ਨਹੀਂ, ਉਹ ਤਾਂ ਹੁਣ ਦੁਪਹਿਰੇ ਜ਼ਰਾ ਭੇਂਕ ਲਾ ਦਿੱਤੇ ਆ, ਭੇਂਕ ਤਾਂ ਹੁਣ ਚੰਗਾ ਧੋਤੇ ਸਾਨੂੰ ਤਾਂ ਗਿਆ ਪਾਉਣਾ,
ਅਤੇ ਮੈਂ ਉਦੋਂ ਵੀਡੀਓ ਬਣਾਉਂਦੀ ਪਈ ਸੀ, ਲਾਈਟ ਬੰਦ ਹੋ ਗਈ ਸੀ ਵਿੱਚ ਇਹਦੀ ਵਜ੍ਹਾ ਤੋਂ, ਮੈਂ ਬੰਦ ਕਰ ਦਿੱਤਾ ਫੌਰਨ, ਭੁੱਕੜ ਜਿਹੇ ਪਾਉਣ ਕੀੜੇ ਜਿਹੇ ਆਉਣ ਲੱਗ ਪਏ ਸੀ। ਮੈਂ ਕਿਹਾ ਉਹੀ ਨਾ ਹੋਵੇ ਸਾਲਾਂ ਦੇ ਵਿੱਚ ਹੱਡੀਆਂ ਕੀਮਾ ਬਣ ਜਾਵੇ ਵਿੱਚ ਜਾ ਕੇ, ਸੋ ਮੈਂ ਜਲਦੀ ਜਲਦੀ ਨਾ ਵਿੱਚ ਢੱਕਣ ਦੇ ਦਿੱਤਾ, ਸੋ ਇਸ ਲਈ ਮੈਂ ਬੰਦ ਕਰਕੇ ਵੀਡੀਓ, ਅਤੇ ਫਿਰ ਮੈਂ ਕਿਹਾ ਚੱਲ ਬਾਅਦ 'ਚ ਬਣਾ ਲਵਾਂਗੀ। ਹੁਣ ਲਾਈਟ ਆ ਗਈ ਆ, ਵੀਹਾਂ ਮਿੰਟਾਂ ਬਾਅਦ ਸ਼ੁਕਰ ਆ ਜਲਦੀ ਆ ਗਈ। ਅਤੇ ਫਿਰ ਮੈਂ ਲਾਈਟ ਬੰਦ ਹੋ ਗਈ ਅਤੇ ਆਟਾ ਗੁੰਨਿਆ, ਅਤੇ ਹੁਣ ਰੋਟੀ ਪਕਾਈ ਆ, ਅਤੇ ਰੋਟੀ ਪਾਉਂਦੀ ਪਈ ਸੀ ਅਤੇ ਲਾਈਟ ਆ ਗਈ। ਬਹੁਤ ਮਜ਼ੇਦਾਰ ਸਰਦੀ ਮਜ਼ਾ ਲੱਗਦਾ, ਟੇਸਟ ਕਰਕੇ ਅਤੇ ਫਿਰ ਤੁਹਾਨੂੰ ਬਾਅਦ 'ਚ ਦੱਸਾਂਗੇ। ਸਾਡਾ ਸਾਲਨ ਤਾਂ ਬਹੁਤ ਮਜ਼ੇਦਾਰ ਬਣਿਆ ਸੀ, ਅਸੀਂ ਰੋਟੀ ਖਾ ਲਈ। ਹੁਣ ਕੇਸ ਸਾਡੀ ਵੀਡੀਓ ਨੂੰ ਤੁਸੀਂ ਲਾਈਕ ਕਰੋ, ਕਮੈਂਟ ਕਰੋ, ਸਾਡੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ, ਮਿਹਰਬਾਨੀ ਹੋਊਗੀ, ਬਹੁਤ ਬਹੁਤ ਸ਼ੁਕਰੀਆ। ਕੱਲ੍ਹ ਨੂੰ ਅਸੀਂ ਨਵੀਂ ਵੀਡੀਓ ਨਾਲ ਫਿਰ ਮੁਲਾਕਾਤ ਕਰਾਂਗੇ, ਕੱਲ੍ਹ ਤੱਕ ਲਈ ਇਜਾਜ਼ਤ ਦੀਜੀਏ, ਅੱਲਾ ਹਾਫਿਜ਼।